ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਸੀਨੀਅਰ ਅਫਸਰਾਂ ਦੀਆਂ ਹਿਦਾਇਤਾਂ ਤੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਥਾਣਾ ਗੁਰਾਇਆਂ ਦੀ ਪੁਲਿਸ ਨੇ 3 ਕਬੱਡੀ ਖਿਡਾਰੀਆਂ ਨੂੰ ਅਫੀਮ ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲੇ ਟੀਕਿਆਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਰਾਇਆਂ SHO ਕੇਵਲ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਗਸ਼ਤ ਦੌਰਾਨ ਨਹਿਰ ਸੂਆ ਰੁੜਕਾ ਖੁਰਦ ਤੋਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਸੰਦੀਪ ਸਿੰਘ ਉਰਫ ਕਾਲਾ ਪੁੱਤਰ ਹਰਪਾਲ ਸਿੰਘ ਵਾਸੀ ਅਵਾਨ ਥਾਣਾ ਰਾਮਦਾਸ ਜ਼ਿਲ੍ਹਾ ਅੰਮ੍ਰਿਤਸਰ ਨੂੰ ਕਾਬੂ ਕੀਤਾ, ਜਿਸ ਪਾਸੋਂ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਹੋਈ। ਇਸੇ ਤਰ੍ਹਾਂ SI ਜਗਦੀਸ਼ ਰਾਜ ਨੇ ਗਸ਼ਤ ਦੌਰਾਨ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਮਾਲਪੁਰ ਗੇਟ ਤੋਂ ਪ੍ਰਗਟ ਸਿੰਘ ਉਰਫ ਵਿੱਕੀ ਪੁੱਤਰ ਸਰੂਪ ਸਿੰਘ ਵਾਸੀ ਪਿੰਡ ਸੋਫੀਆ ਥਾਣਾ ਰਾਮਦਾਸ ਅੰਮ੍ਰਿਤਸਰ ਨੂੰ ਕਾਬੂ ਕੀਤਾ, ਜਿਸ ਪਾਸੋਂ 4950 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸੇ ਤਰ੍ਹਾਂ �ASI ਗੁਰਸ਼ਾਂਤ ਸਿੰਘ ਨੇ ਗਸ਼ਤ ਦੌਰਾਨ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਨੇੜੇ ਗਰਾਊਂਡ ਪਿੰਡ ਅੱਟਾ ਤੋਂ ਬਲਜਿੰਦਰ ਸਿੰਘ ਪੁੱਤਰ ਦਲਵੀਰ ਸਿੰਘ ਵਾਸੀ ਪਿੰਡ ਅਮਰ ਨਗਰ ਥਾਣਾ ਦਿਨੇਸ਼ਪੁਰ ਜ਼ਿਲ੍ਹਾ ਊਧਮ ਸਿੰਘ ਨਗਰ ਉੱਤਰਾਖੰਡ ਨੂੰ ਕਾਬੂ ਕੀਤਾ, ਜਿਸ ਪਾਸੋਂ 350 ਨਸ਼ੀਲੇ ਟੀਕੇ ਬਰਾਮਦ ਕੀਤੇ। ਉਹਨਾਂ ਨੇ ਦੱਸਿਆ ਕਿ 3 ਕਬੱਡੀ ਦੇ ਖਿਡਾਰੀ ਹਨ, ਜਿਨ੍ਹਾਂ ਖਿਲਾਫ਼ ਥਾਣਾ ਗੁਰਾਇਆਂ ਵਿੱਚ ਵੱਖ ਵੱਖ ਧਾਰਾਵਾਂ ਅਧੀਨ ਮਾਮਲੇ ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਰਾਜਵੀਰ ਸਿੰਘ SP ਇਨਵੈਸਟੀਗੇਸ਼ਨ, DSP ਸਬ ਡਿਵੀਜ਼ਨ ਫਲੋਰ ਦਵਿੰਦਰ ਅਤਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੱਲ੍ਹ ਮਿਤੀ 16/7/19 ਨੂੰ ਇੱਕ ਦੋਸ਼ੀ ਸੰਦੀਪ ਕੁਮਾਰ ਉਰਫ ਕਾਲਾ ਕੋਲੋਂ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ। ਇਸੇ ਤਰ੍ਹਾਂ ਜਗਦੀਪ ਸਿੰਘ ਸਬ ਇੰਸਪੈਕਟਰ ਨੇ 350 ਨਸ਼ੀਲੇ ਟੀਕੇ ਬਲਜਿੰਦਰ ਸਿੰਘ ਕੋਲੋਂ ਬਰਾਮਦ ਕੀਤੇ। ਇਸੇ ਤਰ੍ਹਾਂ ਗੁਰਸ਼ਾਂਤ ਸਿੰਘ ASC ਚੌਕੀ ਚਾਰ ਰੁੜਕਾ ਕਲਾਂ ਨੇ 4950 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਇਹਨਾਂ ਦੋਸ਼ੀਆਂ ਨੂੰ ਵੱਖ ਵੱਖ ਮੁਕੱਦਮੇ ਦਰਜ ਕਰਕੇ ਅੱਜ ਪੇਸ਼ ਅਦਾਲਤ ਕਰਕੇ 2 ਦਿਨ ਦੇ ਰਿਮਾਂਡ ਹਾਸਲ ਕੀਤਾ, ਜਿਹਨਾਂ ਕੋਲੋਂ ਕਾਫ਼ੀ ਹੋਰ ਰਿਕਵਰੀ ਹੋਣ ਦਾ ਇਹ ਫੀਮ ਉੱਤਰਾਖੰਡ ਤੋਂ ਲੈ ਕੇ ਆਇਆ ਸੀ। ਇਹਦੇ ਨਾਲ ਦੇ ਸਾਥੀ ਵੀ ਆਪਣੇ ਵੱਖਰੇ ਵੱਖਰੇ ਟੀਕੇ ਅਤੇ ਗੋਲੀਆਂ ਉੱਤਰਾਖੰਡ ਤੋਂ ਲੈ ਕੇ ਆਏ। ਇਹ ਵੇਚਦੇ ਫਿਰਕੇ ਵੇਚਦੇ ਆ, ਕਿਤੇ ਸਾਡੇ ਏਰੀਏ 'ਚ ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ ਵਗੈਰਾ, ਇਹ ਕਬੱਡੀ ਦੇ 3 ਕਬੱਡੀ ਦੇ ਪਲੇਅਰ ਆ। ਨਹੀਂ ਪਹਿਲਾਂ ਇਹਨਾਂ 'ਤੇ ਕੋਈ ਵਰਤਿਆ ਨਹੀਂ। ਇਹਨਾਂ ਦੀ ਕੀਮਤ ਇਹ ਉੱਥੋਂ 2 ਲੱਖ ਰੁਪਏ ਦੀ ਫੀਮ ਅਤੇ 70,000 ਦੇ ਟੀਕੇ 10,000 ਦੀਆਂ ਗੋਲੀਆਂ ਲੈ ਕੇ ਆਇਆ, ਜਿਹੜੀਆਂ ਇਹ ਮਹਿੰਗੇ ਭਾਅ ਦੇ ਵਿੱਚ ਇਹਨਾਂ ਨੇ ਜਾ ਕੇ ਡਬਲ ਰੇਟ ਵਿੱਚ ਵੇਚੀ। ਪੈਦਲ ਸੀਗੇ, ਪੈਦਲ ਬੱਸਾਂ 'ਚ ਉਤਰ ਕੇ ਅਤੇ ਪੈਦਲ ਆਪਣੇ ਗਾਹਕਾਂ ਦੀ ਠੀਕ ਕਰ ਰਹੇ ਸੀ।